ਖਬਰਾਂ 'ਚ ਤੁਹਾਡਾ ਸਵਾਗਤ ਹੈ। 6 ਦਿਨ ਤੱਕ ਚੱਲਣ ਵਾਲੇ ਸਿੱਖ ਕੌਮ ਦੇ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸ਼ੁਰੂ। 21 ਮਾਰਚ ਤੱਕ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ ਹੋਲਾ ਮਹੱਲਾ। 22 ਤੋਂ 24 ਮਾਰਚ ਤੱਕ ਮਨਾਇਆ ਜਾਵੇਗਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਅਰਦਾਸ ਕਰਕੇ ਕੀਤੀ ਹੋਲਾ ਮਹੱਲਾ ਦੀ ਸ਼ੁਰੂਆਤ। ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਅਖੰਡ ਪਾਠ ਹੋਏ ਆਰੰਭ। ਖਾਲਸਮਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੁਆਰਾ ਸੰਗਤਾਂ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਹੋਲਾ ਮਹੱਲਾ ਦੀ ਰਸਮੀ ਸ਼ੁਰੂਆਤ ਕੀਤੀ ਗਈ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਕੀਤੇ ਗਏ। ਇਸ ਵਾਰ 30 ਤੋਂ 35 ਲੱਖ ਸ਼ਰਧਾਲੂ ਆਉਣ ਦੀ ਸੰਭਾਵਨਾ ਹੈ। ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਲੰਗਰ ਰਿਹਾਇਸ਼ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਉੱਤੇ ਨਜ਼ਰ ਰੱਖਣ ਦੇ ਲਈ 24 ਘੰਟੇ CCTV ਕੈਮਰੇ ਵੀ ਲਗਾਏ ਗਏ ਹਨ। ਇਸ ਸੰਬੰਧੀ ਸਾਡੇ ਪੱਤਰਕਾਰ ਸੁਧੀਰ ਸ਼ਰਮਾ ਦੀ ਰਿਪੋਰਟ। ਤੂੰ ਮੇਰਾ ਰਾਖਾ ਸਭਨੀ ਥਾਈ ਤਾਪੋ ਸਾਰੀਆਂ ਯਾਤਰੂਆਂ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸ਼ਰਧਾਲੂ ਜਿਹੜੇ ਕੋਲ ਜਾਣੇ ਉੱਥੇ ਅਸੀਂ ਕੈਮਰੇ ਲਾਏ ਹੋਏ ਆ 24 ਕੈਮਰੇ ਗੁਰਦੁਆਰਾ ਸਾਹਿਬ ਵੱਖ ਵੱਖ ਜਗ੍ਹਾ 'ਤੇ ਲੰਗਰ ਕੜਾਹ ਪ੍ਰਸ਼ਾਦ ਬਾਰ ਕੰਪਲੈਕਸ ਵਿੱਚ 24 ਕੈਮਰੇ ਲਗਾਏ ਹੋਏ ਹਨ। ਰੌਣਕਾਂ ਬਹੁਤ ਵਧੀਆ ਜੀ, ਅਨੰਦਪੁਰ ਵੀ ਗਏ ਆ ਅਤੇ ਬਹੁਤ ਸੋਹਣੀਆਂ ਕੀਰਤਪੁਰ ਵੀ ਗਏ ਆ, ਬਹੁਤ ਸੋਹਣੀ ਰੌਣਕ, ਬਹੁਤ ਵਧੀਆ ਮੇਲਾ ਸਾਨੂੰ ਲੱਗਾ ਜੀ। ਹਰ ਸਾਲ ਆਉਂਦੇ ਹੋ? ਹਰ ਸਾਲ ਆਈ ਜਾਈ, ਲੰਗਰ ਲਾਈਦਾ ਅਨੰਦਪੁਰ ਸਾਹਿਬ ਬਣ ਕੇ, ਹਰ ਸਾਲ ਲੰਗਰ ਲਿਆਉਣ ਕੇ ਪਿੰਡੋਂ ਸੰਗਤ ਹੋਰ ਲਾਗੇ ਪਿੰਡਾਂ ਦੀ ਸੰਗਤ ਲਾਉਂਦੇ ਹਾਂ ਜੀ, ਵਧੀਆ ਲੱਗਦਾ ਜੀ ਹਰ ਸਾਲ, ਬਹੁਤ ਮੇਲਾ ਭਰਿਆ ਹੁੰਦਾ, ਬਹੁਤ ਰੌਣਕਾਂ ਜੀ ਹਰ ਸਾਲ ਆਈਦਾ। ਸੰਗਤਾਂ ਇੱਥੇ ਆ ਰਹੀਆਂ ਜੀ, ਬੜਾ ਗੁਰੂ ਦਾ ਲਾਹਾ ਲੈ ਰਹੀਆਂ, ਲੰਗਰ ਪਾਣੀ ਛੱਡਦੀਆਂ ਅਤੇ ਸੇਵਾ ਖੱਟ ਰਹੀਆਂ ਜੀ। ਮਹਾਰਾਜ ਇੱਦਾਂ ਚੜ੍ਹਦੇ ਕਾ ਪੁੱਛੇ ਜੀ, ਹਰ ਸਾਲ ਇਸੇ ਤਰ੍ਹਾਂ ਆਉਂਦੇ ਰਹੀਏ, ਮਹਾਰਾਜ ਮਿਹਰ ਕਰੇ, ਕਿਰਪਾ ਕਰੇ। ਬਹੁਤ ਆਨੰਦ ਆਉਂਦਾ ਵਾ ਗੁਰੂ ਸਾਹਿਬ ਦੀ ਕਿਰਪਾ,
ਬੜਾ ਆਨੰਦ ਹੈ ਇਹਦੇ ਵਿੱਚ। ਹਰ ਸਾਲ ਆਈਦਾ ਆਪਣੇ ਸੰਗਤ ਲੈ ਕੇ, ਚਾਰ ਪੰਜ ਗੱਡੀਆਂ ਨਹੀਂ ਆਉਂਦੀਆਂ ਹਰ ਸਾਲ, ਬਹੁਤ ਬੜੀ ਸੰਤੁਸ਼ਟੀ ਮਿਲਦੀ ਹੈ ਜੀ ਉੱਥੇ ਜਾਣ ਨਾਲ।